ਹਾਂਜੀ, ਅਤੇ ਮੈਂ ਹਾਦਲ ਜਮਾਲ, ਤੁਸੀਂ ਦੇਖ ਰਹੇ ਹੋ ਬੀ ਸੀ ਟੀ ਪੰਜਾਬੀ। ਅਤੇ ਅੱਜ ਅਸੀਂ ਗੱਲ ਕਰਾਂਗੇ ਕਿਹੜਾ ਮੋਡਿਊਲ ਕਿਹੜੇ ਕੰਮ ਲਈ, ਯਾਨੀ ਕਿ ਜਿਹੜੀ ਫਲੂ ਸੀ ਓਪਨ ਹੋ ਰਹੀ ਹੈ, ਇਹਦੇ ਲਈ ਕਿਹੜਾ ਮੋਡਿਊਲ ਯੂਜ਼ ਹੋਵੇਗਾ ਔਰ ਕਿੱਥੋਂ ਯੂਜ਼ ਹੋਵੇਗਾ ਔਰ ਕਿਵੇਂ ਤੁਸੀਂ ਅਪਲਾਈ ਕਰ ਸਕਦੇ ਹੋ। ਠੀਕ ਹੈ, ਇਹਨਾਂ ਬਾਰੇ ਅਸੀਂ ਚੀਜ਼ਾਂ ਸਮਝਣ ਦੀ ਬਹੁਤ ਕੋਸ਼ਿਸ਼ ਕਰਾਂਗੇ ਔਰ ਪੜ੍ਹਾਂਗੇ ਜਿਹੜੀ ਵੈਬਸਾਈਟ ਹੈ ਚੇਤਨ ਨਾਮ ਦਾ ਡੋਟ ਬੇਸ ਦੇ ਉੱਤੇ। ਠੀਕ ਹੈ, ਅਤੇ ਮੋਡਿਊਲ ਕਿਹੜੀ ਯੂਜ਼ ਹੋਣਾ, ਕਿਵੇਂ ਯੂਜ਼ ਹੋਣਾ, ਕਿੱਥੇ ਯੂਜ਼ ਹੋਣਾ, ਇਹਦਾ ਬਾਰੇ ਥੋੜ੍ਹੀ ਬਹੁਤੀ ਅਸੀਂ ਡਿਸਕਸ਼ਨ ਕਰਾਂਗੇ। ਥੋੜ੍ਹੀ ਬਹੁਤ ਨੌਲੇਜ ਹੋਵੇ ਤੁਹਾਨੂੰ, ਜ਼ਿਆਦਾ ਤੁਸੀਂ ਆਪ ਸਿਆਣੇ ਹੋ, ਤੁਹਾਨੂੰ ਆਪ ਨੂੰ ਪਤਾ ਲੱਗ ਜਾਏਗਾ ਸਭ ਕੁਝ। ਮੋਡਿਊਲ ਪਰ ਦੀ ਕਰੋ ਤਾਂ ਫਲੂਸੀ 2019, ਮੋਡਿਊਲ ਜਿਹੜੇ ਨੇ ਦੀ ਕਰੋ ਤਾਂ ਫਲੂਸੀ 2019 ਦੇ ਲਈ, ਉਹਨਾਂ ਦੇ ਬਾਰੇ ਅਸੀਂ ਸਮਝਾਂਗੇ ਮੋਡਿਊਲ ਹੀ ਫਲੂਸੀ 2019 ਦੇ ਬਾਰੇ। ਠੀਕ ਹੈ, ਕਹਿੰਦੇ ਇਹ ਕੁਐਸਟ ਤੋਂ ਆਰਟੀਕਲ ਵਿਦਰਿਆਮੋ ਮੋਡਿਊਲ ਹੀ ਨੈਚਸਾਰੀ, ਇਸ ਆਰਟੀਕਲ ਵੀ ਦੇਖਾਂਗੇ ਵਿਦਰਮ ਮੋਡਿਊਲ ਨੈਚਸਾਰੀ, ਜਿਹੜੇ ਮੋਡਿਊਲ ਹੀ ਚਾਹੀਦੇ ਨੇ ਇਨਵਿਆਰੇ ਦਮਾਂ ਦਾ ਫਲੂਸੀ, ਜਿਹੜੇ ਇਹ ਨਵਿਆਰੇ ਦਮਾਂ ਦਾ ਭੇਜਣ ਲਈ ਫਲੂਸੀ ਦਾ, ਦੋਵੇਂ ਸੀ ਪੋ ਸਿਕਾਰੀ ਕਾਰ ਇਲ ਮੋਦੋਲੀ, ਔਰ ਕਿੱਥੇ ਅਸੀਂ ਕਰ ਸਕਦੇ ਹਾਂ ਸਿਕਾਰੀ ਕੋ ਮੋਦੋਲੀ, ਔਰ ਪਰ ਇਲ ਦਿਕਰੋ ਤਾਂ ਫਲੂਸੀ 2019, ਔਰ ਜਿਹੜੀ ਦਿਕਰੋ ਤਾਂ ਫਲੂਸੀ 2019 ਹੈ। ਅਤੇ ਤੁਹਾਨੂੰ ਇੱਥੋਂ ਪੜ੍ਹ ਕੇ ਇਸ ਕਰਕੇ ਦੱਸੀਦਾ ਕਿ ਤੁਹਾਨੂੰ ਆਪ ਨੂੰ ਪਤਾ ਲੱਗੇ, ਤੁਸੀਂ ਆਪ ਇੱਥੇ ਆਓ, ਕਾਪੀ ਪੇਸਟ ਕਰੋ, ਟਰਾਂਸਲੇਸ਼ਨ ਕਰੋ, ਨਹੀਂ ਕਾਪੀ ਪੇਸਟ ਹੋ ਰਹੀ ਹੈ, ਸਕਰੀਨਸ਼ੋਟ ਲਿਆਓ, ਸਕਰੀਨਸ਼ੋਟ ਲੈ ਕੇ ਅਤੇ ਫਿਰ ਕਾਪੀ ਪੇਸਟ ਕਰੋ। ਠੀਕ ਹੈ, ਜਿੰਨੀ ਸਮਝ ਆਉਂਦੀ ਕਾਪੀ ਪੇਸਟ ਕਰਨੀ, ਮੇਰੇ ਕੋਲ ਪੁੱਛ ਲਓ, ਕੋਈ ਮਸਲਾ ਨਹੀਂ ਹੈ। ਵੀ ਅਗਰਾ ਨਵੇਂ ਜਿਹੜੇ ਚੈਨਲ ਦਾ ਆਏ ਜਾਓ, ਸਬਸਕ੍ਰਾਈਬ ਕਰਨਾ, ਸ਼ੇਅਰ ਕਰਨਾ ਕਿ ਬਾਕੀ ਨੂੰ ਵੀ ਪਤਾ ਲੱਗੇ ਕਿਹੜੇ ਬੰਦੇ ਲੋਕ ਕਿਹੜੀ ਚੀਜ਼ ਲੈਣੀ ਫਿਰ ਕੀ ਕੰਮ ਲੈਣੇ। ਠੀਕ ਹੈ, ਜਦਰ ਦੋਰ ਜੁਨਾਲੇ ਵਾਲੀ ਵੀ ਕੋਈ ਬੰਦਾ ਅਪਲਾਈ ਕਰਦਾ ਨਾ, ਉਹਨਾਂ ਨੂੰ ਵੀ ਕਿਹੜੇ ਬਦਲ ਦੀ ਲੋੜ ਪੈਣੀ ਹੈ ਕਨਵਰਸੀਓਨੇ ਕਰਾਉਣ ਲਈ, ਉਹਦੇ ਬਾਰੇ ਵੀ ਅਸੀਂ ਗੱਲ ਕਰਾਂਗੇ। ਸਭ ਤੋਂ ਪਹਿਲਾਂ ਇੱਕ ਮੋਦਿਲ ਮੋਦੇ ਲਈ ਪਹਿਲਾ ਦਿਕਰਤ ਫਲੂਸੀ 2019, ਇਹ ਮੋਦਿਲ ਹੋਣੇ ਜਿਹੜੇ ਦਿਕਰਤ ਫਲੂਸੀ 2019 ਦੇ ਲਈ ਨੇ। ਮੋਦਿਲ ਜਿਹੜਾ ਸੀ ਹੈ, ਮੋਦਿਲ ਸੀ ਕਦੇ ਲਈ, ਮੋਦਿਲ ਸੀ ਪਹਿਲਾ ਲਵੋਸ ਤਜਨਾਲੇ, ਜਿਹੜੇ ਸਿਰਫ ਵਰਕ ਉਹਨੇ 18 ਤੱਕ ਹੋਤਾ ਹੈ, ਉਹ ਮੋਦਿਲ ਸੂਈ ਯੂਜ਼ ਹੋਵੇਗਾ। ਠੀਕ ਹੈ, ਕਿਹੜਾ ਮੋਦਿਲ ਹੋ, ਆਪਣੇ ਮੁਤਾਬਕ ਜਿਹੜਾ ਮੋਦਿਲ ਹੈ ਥੋੜ੍ਹਾ ਉਹ ਯਾਦ ਰੱਖ ਲੈਣਾ। ਠੀਕ ਹੈ, ਬਾਅਦ ਵੀ ਤੁਹਾਨੂੰ ਜਿਸ ਟਾਈਮ ਆ ਕੇ ਮਨਿਸਟਰ ਦਿਲਾਂ ਤੇਰ ਨੂੰ ਜਿਹੜੀ ਵੈਬਸਾਈਟ ਮੈਂ ਬਾਅਦ ਦੱਸਾਂਗਾ, ਉਹਦੇ ਜੇ ਤੁਸੀਂ ਇੰਟਰ ਹੁੰਦੇ ਹੋ ਆ ਕੇ, ਤਾਂ ਤੁਹਾਨੂੰ ਮੋਦਿਲ ਕਮ ਸੇ ਕਮ ਮੋਦਿਲ ਤੁਹਾਨੂੰ ਪਤਾ ਹੋਵੇਗਾ ਨਾ, ਆਸਾਨ ਨਾਲ ਮਿਲ ਜਾਏਗਾ ਫਿਰ ਸਭ ਕੁਝ। ਕਹਿੰਦੇ ਰਿਕੇਸਤਾ ਦੇ ਲਈ ਨੁਲਾਉਸਤਾ, ਰਿਕੇਸਤਾ ਕਰਨ ਲਈ, ਦਵਾਂ ਦਾ ਕਰਨ ਲਈ ਨੁਲਾਉਸਤੇ ਦਾ, ਨੁਲਾਉਸਤਾ ਨੇ ਜਿਵੇਂ ਕਿ ਇੱਕ ਪੇਪਰ ਨਿਕਲਦਾ ਇੱਥੇ ਵੀਜ਼ਾ ਟਾਈਪ ਦਾ, ਜਿਹੜਾ ਇੱਥੋਂ ਇੰਡੀਆ ਪਾਕਿਸਤਾਨ ਬੰਗਲਾਦੇਸ਼ ਜਾਂਦਾ, ਪਾਕਿਸਤਾਨ ਦੇ ਅਤੇ ਮੁਸ਼ਕਿਲ ਹੋਇਆ ਹੈ ਨਾ, ਅਤੇ ਉਹ ਲਵੋਰਸ ਬੁਰਦਿਨਾ ਤੋਂ ਸਤਜੀਓ ਨਾਲ, ਜਿਹੜਾ ਸੀਜ਼ਨ ਰਿਮਾਰਕਮੈਂਟ ਹੁੰਦਾ ਹੈ, ਕਿਹੜਾ ਹੋਵੇਗਾ ਮੋਦਿਲ ਸੀ ਦਿਕਰਤ ਫਲੂਸੀ ਦਾ। ਠੀਕ ਹੈ ਜੀ, ਅੱਗੇ ਜੀ ਨੈਕਸਟ ਹੈਗਾ ਮੋਦਿਲ ਏ, ਮੋਦਿਲ ਪਰ ਲਵੋਰੋ ਡੋਮੈਸਟਿਕੋ, ਡੋਮੈਸਟਿਕ ਕੰਮ ਲਈ। ਠੀਕ ਹੈ, ਉਹਦੇ ਲਈ ਮੋਦਿਲ ਉਹ ਯੂਜ਼ ਹੋਵੇਗਾ, ਉਹ ਕਾਫੀ ਬਦਾਂਤੀ ਵਗੈਰਾ ਦੇ ਕੰਮ ਦੇ ਲਈ ਮੋਦਿਲ ਏ। ਅੱਗੇ ਜੀ ਚਲਾ ਗਏ ਅਸੀਂ, ਹਲਵਾ ਰਿਕਸਤ ਉਸਤਾਦ ਲਵੋਰੋ ਡੋਮੈਸਟਿਕੋ, ਇਹਦੇ ਲਈ ਮੋਦਿਲ ਏ ਚਾਹੀਦਾ। ਠੀਕ ਹੈ ਜੀ, ਲੇਟਸਟ ਬਿਲਕੁਲ ਖਬਰ ਹੈ, ਮੈਂ ਚਲ ਨਾਲ ਨਾਲ ਤੁਹਾਨੂੰ ਸ਼ੇਅਰ ਕਰਦੀ ਥੋੜ੍ਹੀ ਬਹੁਤੀ, ਹੈ ਨਾ। ਰਿਕੇਸਤਾ ਨੂੰ ਲਾਓ ਉਸਤਾਦ ਲਵੋਰ ਸਬੂਤੀ ਨਾ ਤੋਂ, ਲਵੋਰ ਸਬੂਤੀ ਨਾ ਤੋਂ ਮੋਸਟ ਇੰਪੋਰਟੈਂਟ ਹੈ, ਜਿਹਦੇ ਅਪਲਾਈ ਵੀ ਹੋਣੇ ਨੇ 16 ਤਰੀਕ। ਠੀਕ ਹੈ, ਰਿਕੇਸਤ ਮੋਲਾ ਜਿਹੜਾ ਲਵੋਰ ਸਬੂਤੀ ਨਾ ਤੋਂ ਹੈ ਨਾ, ਇਹ ਮੋਸਟ ਇੰਪੋਰਟੈਂਟ ਹੈ, ਜਿਹੜਾ ਮੈਂ ਦਿਲੋਂ ਬੀ ਹੈ। ਠੀਕ ਹੈ, ਤੁਸੀਂ ਤੁਹਾਡੇ ਮਾਲਕ ਨੇ ਕੰਪਿਲਾਰੇ ਕਰਨਾ, ਜਿਹੜਾ ਹੁੰਦੇ ਨੇ ਨਾ ਮਾਲਕ ਇੱਥੇ ਹੋਟਲਿੰਗ ਲਾਈਨ ਵਿੱਚ, ਹੋਟਲ ਦੇ ਲਾਈਨ ਵਿੱਚ, ਜਾਂ ਕਿਸੇ ਦੇ ਕਾਰੋਬਾਰ ਨੇ ਆਪਣੇ, ਉਹ ਬੰਦੇ ਆਰਾਮ ਨਾਲ ਇਹ ਦਿਮਾਗ ਦਾ ਕਰ ਸਕਦੇ ਨੇ ਆਪਣੇ ਬੰਦੇ ਦਾ, ਜੇ ਉਹਨਾਂ ਨੂੰ ਕੋਈ ਚਾਹੀਦਾ ਸਕਿੱਲ ਵਰਕਰ ਬੇਸ 'ਤੇ। ਠੀਕ ਹੈ, ਕੋਈ ਹੁਨਰਮੰਦ ਬੰਦਾ, ਠੀਕ ਹੈ, ਉਸ ਬੇਸ 'ਤੇ ਦਿਮਾਗ ਕਰ ਸਕਦੇ ਨੇ। ਜਿਹੜੀਆਂ ਮੁਲਕਾਂ, ਜਿਹੜੀਆਂ ਕੰਟਰੀਆਂ, ਮੈਂ ਪਿਛਲੀ ਵੀਡੀਓ ਵੀ ਦੱਸ ਚੁੱਕਿਆ ਕਿਹੜੀਆਂ ਕੰਟਰੀਆਂ, ਜਿੰਨੀ ਸਮੇਂ ਲੱਗਦੀ ਚੀਜ਼ਾਂ ਨਾਲ ਜਿਹਦਾ ਨਾਨਜ਼ਾ ਡੋਟ ਬੇਸ 'ਤੇ ਆ ਕੇ ਤੁਸੀਂ ਦੇਖ ਸਕਦੇ ਹੋ। ਠੀਕ ਹੈ, ਕਿ ਕਿਹੜੀਆਂ ਕਿਹੜੀਆਂ ਕੰਟਰੀਆਂ ਹੈ ਨੇ। ਠੀਕ ਹੈ,
ਅੱਗੇ ਕਹਿੰਦੇ ਨੇ ਕਿ ਲੋਅਰ ਸੁਬਰਦੀਨਾਥੋ, ਲੋਅਰ ਸੁਬਰਦੀਨਾਥੋ ਹੁੰਦਾ ਜਿਹੜੇ ਪੱਕੇ ਕਾਗਜ਼, ਪੱਕੇ ਕੰਮ ਚੇਂਜ ਹੁੰਦੇ ਨੇ, ਸਾਲ 2 ਸਾਲ ਦਾ ਵੀਜ਼ਾ ਮਿਲਦਾ, ਸਿਓਰ ਬਣਦੀ ਹੈ, ਉਹਦੇ ਲਈ ਚਾਹੀਦਾ ਮੋਦੇਲੋ 2, ਮੋਦੇਲੋ 2 ਕੰਪਲੀਅਰ ਕਰਕੇ ਮਾਲਕ ਤੁਹਾਡਾ, ਜਿਹੜਾ ਕਿ ਇਨ ਕੇਸ ਤੁਹਾਡਾ ਕੋਈ ਆਪਣਾ ਜਾਣਨ ਵਾਲਾ ਵੀ ਹੈ, ਜਿਹੜਾ ਕਿ ਜਿੱਦਾਂ ਕਾਰੋਬਾਰ ਹੋਵੇ ਇੱਥੇ, ਜਿਹੜਾ ਕਿ ਬੰਦਾ ਅਫੋਰਡ ਕਰ ਸਕਦਾ ਹੋਵੇ, ਠੀਕ ਹੈ, ਬੰਦਾ ਅਫੋਰਡ ਕਰ ਸਕਦਾ, ਸਹੀ ਗੱਲ ਹੈ, ਉਹਦੀ ਇਕੋਨਮਿਕਲੀ ਹਾਲਤ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਕਿ ਬੰਦਾ ਅਫੋਰਡ ਕਰਨ ਵਾਲੀ ਹੋਵੇ, ਠੀਕ ਹੈ, ਤਾਂ ਹੀ ਬੰਦਾ ਅਫੋਰਡ ਕਰ ਸਕੇਗਾ ਨਾ, ਉਹ ਕਰੇਗਾ ਮੋਦੇਲੋ 2 ਕੰਪਲੀਅਰ। ਹੁਣ ਅੱਗੇ ਆ ਗਿਆ ਮੋਦੇਲੋ MBS ਲੈਬੋਰਟਰੀ ਇੰਜਰੀ ਅਤੇ ਆ ਪ੍ਰੋਜੈਕਟ ਸਪੈਸ਼ਲ ਹੈ, ਜਿਹੜੇ ਸਪੈਸ਼ਲ ਪ੍ਰੋਜੈਕਟਸ ਵੀ ਸੀ ਨੇ, ਜੇ ਸਪੈਸ਼ਲ ਪ੍ਰੋਜੈਕਟ ਕਹਿੰਦੇ ਰਿਕੈਸਟ ਤਾਂ ਨੋਰਮਤੀਵਾ ਦੀ ਨੂੰ ਲਾਓਸ ਤਾਂ ਲੋਅਰ ਸੁਬਰਦੀਨਾਥੋ, ਇਹ ਵੀ ਲੋਅਰ ਸੁਬਰਦੀਨਾਥੋ ਦੇ ਅੰਡਰ ਆਉਂਦਾ, ਲੇਕਿਨ ਸੈਂਸੀ ਦਾ ਆਰਟੀਕਲ ਇਹ ਵਾਲੇ ਆਰਟੀਕਲ ਇੱਦਾਂ ਲੱਗਦੇ ਨੇ, ਲੋਅਰ ਆਰਟੀਕਲਸ ਅਸੀਂ ਪੜ੍ਹ ਨਹੀਂ ਲੱਗੇ ਨਾ, ਹੈ ਨਾ, ਕਹਿੰਦੇ ਸੋਚੇ ਸੀ ਵੀ ਮੋਦੀਫੀਕ ਇੰਟਰਗ੍ਰੈਸੀਓਨ ਰਿਜ਼ਰਵਾਤਾਂ ਲੈਬੋਰਟਰੀ ਇਨਸਰੀ ਅਤੇ ਪ੍ਰਸਕ੍ਰੀਤ ਦੀ ਸਪੈਸ਼ਲ ਹੈ ਮੋਦੇਲੋ ਜਿਹੜਾ ਇਹ ਵੀ, ਲੇਕਿਨ ਇਹ ਲੋਅਰ ਸੁਬਰਦੀਨਾਥੋ ਸਪੈਸ਼ਲ ਕਿਸਮ ਦਾ ਹੋਵੇਗਾ, ਠੀਕ ਹੈ, ਮੁਮਕਿਨ ਕਈ ਕੈਟੇਗਰੀ ਹੋਣੀ ਇਹਦੇ ਵਿੱਚ, ਠੀਕ ਹੈ, ਉਹਨੂੰ ਮੋਦੇਲੋ BPS, ਠੀਕ ਹੈ, ਸੁਬਰਦੀਨਾਥੋ ਦੀ ਕੈਟੇਗਰੀ ਵਿੱਚ ਹੀ। ਉਹਦੇ ਤੋਂ ਬਾਅਦ ਮੋਦੇਲੋ ਜਿਹੜਾ ਹੈ LS1 LS2 ਮਤਲਬ ਇਹ ਕਿਹੜੇ ਕਦਲੀ ਮੋਦੇਲੋ ਨੇ, ਜਿਨ੍ਹਾਂ ਦੇ ਕੋਲ ਹੈ ਨੇ ਨਾ, ਜਿਨ੍ਹਾਂ ਦੇ ਬੰਦੇ ਇੱਥੇ ਕੰਟਰੀਆਂ ਵਿੱਚ ਨੇ, ਪੁਰਤਗਾਲ, ਗ੍ਰੀਸ, ਇਹ ਉਹ ਜਿਹੜੇ ਆਉਣਾ ਚਾਹੁੰਦੇ ਨੇ, ਇਟਲੀ ਵਿੱਚ ਆ ਕੇ ਸੈਟਲ ਹੋਣਾ ਚਾਹੁੰਦੇ ਨੇ, ਇਹ ਉਹਨਾਂ ਲਈ ਨੇ, ਮਾਲਕ ਅਪਲਾਈ ਕਰੇਗਾ ਮਤਲਬ LS1 LS2 ਇਹ ਸਤਰਾਨੀ ਦੀ ਜਿਹੜੇ ਗੈਰ ਮੁਲਕੀ ਕਿ ਹਾਂ ਨੋ ਕਾਤਾ ਸਿਜੋਰ ਨੋ ਆਲਤਰੋ ਪਾਈਜ਼ ਹੈ ਯੂਰਪੀਅਨ ਯੂਨੀਅਨ, ਜਿਹੜੇ ਯੂਰਪੀਅਨ ਯੂਨੀਅਨ ਦੇ ਕਿਸੇ ਦੂਸਰੀ ਕੰਟਰੀ ਵਿੱਚ ਜਿਹਨਾਂ ਕੋਲ ਸਿਜੋਰ ਨੋ ਹੈ, ਯੂਰਪੀਅਨ ਯੂਨੀਅਨ ਦੇ ਵਾਲੀ, ਠੀਕ ਹੈ, ਜਿਵੇਂ ਗ੍ਰੀਸ ਦੀ ਹੋ ਗਈ, ਪੁਰਤਗਾਲ ਦੀ, ਇੱਦਾਂ ਦੀ ਕਿਸੇ ਵੀ ਕੰਟਰੀ ਦੀ। ਇਹਦੇ ਤੋਂ ਬਾਅਦ ਇਹ ਰਿਕੁਐਸਟ ਤਾਂ ਕਰਨਗੇ ਨੁਲਾਸ ਹੋਰਦੀ ਨਾ ਤੋਂ ਲਈ ਪੱਕੇ ਕੰਮ ਲਈ, ਜਿਹਦੇ ਕੋਲ ਮੋਦੇਲੋ LS ਹੋਵੇਗਾ, ਠੀਕ ਹੈ, ਪਰਮੇਸ਼ਰ ਸ਼ੋਰ ਨੋ GE, ਮੋਦੇਲੋ ਜਿਹੜੀ ਪਰਮੇਸ਼ਰ ਸ਼ੋਰ ਨੋ GE ਹੋਵੇਗੀ, ਕੀ ਕਰਨਗੇ ਮੋਦੇਲੋ LS, ਰਿਕੁਐਸਟ ਆ ਨੁਲਾਸ ਲਵੋਰ ਡੋਮੈਸਟਿਕ ਹੋ, ਇਹ ਪਹਿਲੇ ਸੁਬਰਦੀ ਨਾ ਤੁਸੀਂ LS1 ਨੂੰ ਜਿਹੜਾ ਵੇ ਇਹ ਹੋਵੇਗਾ ਲਵੋਰ ਸੁਬਰਦੀ ਨਾ ਤੋਂ ਲਈ, ਠੀਕ ਹੈ, ਜਿਵੇਂ ਰੋਮਾਨੀ ਬਲਗਾਰੀ ਤੋਂ ਬੰਦੇ ਕਾਫੀ ਆ ਕੇ ਇੱਥੇ ਕਰਦੇ ਹੁੰਦੇ ਨੇ ਡੋਮੈਸਟਿਕ ਲਵੋਰ ਵਗੈਰਾ। ਅੱਗੇ LS2 ਹੋਵੇਗਾ ਮੋਦੇਲੋ ਲਵੋਰ ਆਤਮਨੋਮ ਲਈ, ਜੇ ਕੋਈ ਬੰਦਾ ਆਪਣਾ ਆ ਕੇ ਕੰਮ ਵਗੈਰਾ ਕਰਨਾ ਚਾਹੁੰਦਾ ਹੈ, ਉਸ ਬੇਸ 'ਤੇ ਹੋਵੇਗਾ ਅਪਲਾਈ, ਠੀਕ ਹੈ। ਅੱਗੇ ਕਹਿੰਦੇ ਨੇ ਪਏ ਕਿ ਮੋਦੇਲੋ ਜਿਹੜਾ VA ਪਰ ਕਨਵਰਸੀਓ ਨੇ ਦਾ ਸਟੂਡੀਓ ਆ ਲਵੋਰੋ, ਜੇ ਸਟੂਡੀਓ ਇਨ ਕੇਸ ਜੇ ਤੁਸੀਂ ਸਟੱਡੀ ਬੇਸ 'ਤੇ ਆਏ ਹੋਏ ਹੋ ਨਾ, ਸਟੱਡੀ ਬੇਸ 'ਤੇ ਜੇ ਕੋਈ ਬੰਦਾ ਆਇਆ ਹੋਇਆ ਅਤੇ ਉਹ ਜੇ ਕਨਵਰਸੀਓ ਨੇ ਕਰਾਉਣਾ ਚਾਹੁੰਦਾ ਹੈ ਲਵੋਰੋ ਵਾਲੀ ਵਿੱਚ, ਠੀਕ ਹੈ, ਅਤੇ ਉਹਨਾਂ ਦੇ ਲਈ ਵੀ ਕੋਟਾ ਹੈ, ਉਹਨਾਂ ਦੇ ਲਈ ਹੈ ਜਿਵੇਂ ਕਿ ਮੋਦੇਲੋ MV ਲੱਗੇਗਾ ਉਹਨਾਂ ਦੇ ਲਈ, ਉਸ ਤੋਂ ਬਾਅਦ ਲੱਗੇਗਾ ਮੋਦੇਲੋ VB ਪਰਲਾ ਕਨਵਰਸੀਓ ਨੇ ਸਜਨਾਲੇ ਸੁਬਰਦੀਨਾਥੋ ਸੁਬਰਦੀਨਾਥੋ, ਇਹ ਮੋਸਟ ਇੰਪੋਰਟੈਂਟ ਹੈ, ਜਿਹੜਾ ਸਾਰੇ ਤੋਂ ਜ਼ਿਆਦਾ ਬੰਦਿਆਂ ਦਾ ਸਾਡੇ ਨੂੰ ਚਾਹੀਦਾ ਹੁੰਦਾ, ਕਿਉਂਕਿ 18,000 ਕੋਟ ਹੈ ਉਹਦੇ ਵਿੱਚ, ਸਾਡੇ ਬੰਦੇ ਜਿਹੜੇ ਮੁਲਕਾਂ ਦੇ ਨੇ ਉਹ ਕਾਫੀ ਆਉਂਦੇ ਨੇ, ਠੀਕ ਹੈ, ਅਤੇ ਉਹਨਾਂ ਦੇ ਲਈ ਮੋਦੇਲੋ VB ਮੋਸਟ ਇੰਪੋਰਟੈਂਟ, ਜਦ ਤੁਸੀਂ ਆ ਕੇ ਪਹਿਲੀ ਵਾਰੀ ਆਉਣਾ ਤੁਸੀਂ ਕੀ ਕਰਨਾ, ਪਹਿਲੇ ਆ ਕੇ ਆਪਣੇ ਮਾਲਕ ਨਾਲ ਜਾਣਾ, ਹਰ ਸੂਰਤ ਤੁਸੀਂ ਆਪਣੇ ਮਾਲਕ ਨਾਲ ਜਾਣਾ, ਆਪਣੇ ਮਾਲਕ ਨਾਲ ਜਾ ਕੇ ਤੁਸੀਂ ਆਪਣੇ ਡਾਕੂਮੈਂਟ ਪਹਿਲੀ ਸਿਓਰ ਲੈਣੀ ਹੈ 6 ਮਹੀਨੇ ਦੀ, 9 ਮਹੀਨੇ ਜਿਹੜੀ ਵੀ ਤੁਹਾਨੂੰ ਮਿਲਦੀ ਹੈ, ਠੀਕ ਹੈ, ਉਹ ਲੈ ਕੇ ਫਿਰ ਤੁਸੀਂ ਆਪਣੀ, ਜੇ ਤੁਹਾਨੂੰ ਕੋਈ ਹੋਰ ਕਿਤੇ ਕੰਟਰੈਕਟ ਮਿਲਦਾ ਤੁਸੀਂ ਆਪਣੀ ਸਿਓਰ ਚੇਂਜ ਕਰਾ ਸਕਦੇ ਹੋ, ਉਹਦੇ ਲਈ ਤੁਹਾਨੂੰ ਮੋਦੇਲੋ VB ਲੈਣਾ ਪਵੇਗਾ ਨਾਲ,
ਠੀਕ ਹੈ, ਮਤਲਬ ਵੀ ਬੀ ਜਿਹੜਾ ਕੰਪੀਲਾਰੇ ਕਰਨਾ ਪਵੇਗਾ, ਫਿਲ ਕਰਕੇ ਅਤੇ ਅਪਲਾਈ ਕਰਨਾ ਪਵੇਗਾ। ਠੀਕ ਹੈ, ਅੱਗੇ ਜੀ ਆ ਗਿਆ ਹੈ ਮਤਲਬ ਜ਼ੈਡ ਪਰ ਦਵਾਂ ਪਰ ਲਵੋ ਆਤਮਨੋਮੋ, ਲਵੋ ਆਤਮਨੋਮੋ ਯਾਨੀ ਕਿ ਤੁਸੀਂ ਕੋਈ ਆਪਣਾ ਬਿਜ਼ਨਸ ਵਗੈਰਾ ਕੰਮ ਵਗੈਰਾ ਸ਼ੁਰੂ ਕਰਨਾ ਚਾਹੁੰਦੇ ਹੋ, ਤਾਂ ਜ਼ਰੂਰੀ ਨਹੀਂ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਤੁਸੀਂ ਆਪਣੇ ਇਕੱਲੇ ਅਤੇ ਆਪਣੇ ਥਰੂ ਅਤੇ ਆਪਣੇ ਤੌਰ 'ਤੇ ਹੀ ਬੰਦਾ ਸੋਚਦਾ ਕਿ ਯਾਰ ਮੈਂ ਦੂਜੀ ਕੰਟਰੀ ਜਾ ਕੇ ਤਾਂ ਕੰਮ ਕਿਵੇਂ ਸ਼ੁਰੂ ਕਰਾਂਗਾ, ਕਿਸੇ ਨਾਲ ਤੁਸੀਂ ਪਾਰਟਨਰਸ਼ਿਪ ਕਰ ਸਕਦੇ ਹੋ, ਇਸ ਬੇਸ 'ਤੇ ਅਪਲਾਈ ਕਰ ਸਕਦੇ ਹੋ, ਲਵੋ ਆਤਮਨੋਮੋ ਆਉਣਾ ਚਾਹੀਦਾ। ਠੀਕ ਹੈ, ਸੋ ਚੀਜ਼ ਦਾ ਬਣਾ ਸਕਦੇ ਹੋ ਨਾ ਕਿਵੇਂ। ਉਸ ਤੋਂ ਬਾਅਦ ਅੱਗੇ ਆ ਗਿਆ ਦੋਵੇਂ ਸਰਕਾਰੀ ਕੇ ਮਦੋਲੀ, ਕਿੱਥੇ ਸਰਕਾਰੀ ਕਿਉਂ ਕਰਨਗੇ, ਮਦੋਲ ਇਹ ਮਦੋਲ ਕਿੱਥੇ ਸਾਰੀ ਸਰਕਾਰੀ ਕਿਉਂ ਕਰਨੀਆਂ ਹੋਣਗੀਆਂ, ਇਹ ਤੁਸੀਂ ਇਹ ਆਉਣਾ, ਇਹ ਵੈਬਸਾਈਟ ਹੈ, ਤੁਸੀਂ ਆਰਾਮ ਨਾਲ ਰੋਕ ਕੇ ਵੀਡੀਓ ਦੇਖ ਸਕਦੇ ਹੋ, ਨੁੱਲਾ ਉਸਤਾ ਲਵੋਰੋ ਡੋਟ ਦੈਲਜੀ ਡੋਟ ਇੰਤੇਰਨੋ ਡੋਟ ਏਟ। ਠੀਕ ਹੈ, ਇਹਨੂੰ ਤੁਸੀਂ ਇਲਪੁਰਤਾਲੇ ਮਨਿਸਟਰ ਦਾ ਲੈਂਤੇਰਨਾ ਵੀ ਸਰਚ ਕਰ ਸਕਦੇ ਹੋ ਔਨਲਾਈਨ। ਠੀਕ ਹੈ, ਮਨਿਸਟਰ ਦਾ ਲੈਂਤੇਰਨਾ ਕਰੋਗੇ ਤਾਂ ਫਿਰ ਵੀ ਉਹ ਨਿਕਲ ਆਏਗੀ, ਜੇ ਤੁਸੀਂ ਇਹ ਦੇਖਣਾ ਤਾਂ ਇਹ ਸਾਹਮਣੇ ਲਿਖਿਆ ਹੋਇਆ ਹੈ। ਇਹਦੇ ਵਿੱਚ ਲੌਗਇਨ ਹੋਣ ਲਈ ਤੁਹਾਨੂੰ ਸਪਿਡ ਆਈ ਡੀ ਚਾਹੀਦੀ ਹੋਣੀ ਹੈ। ਠੀਕ ਹੈ, ਐਸ ਪੀ ਆਈ ਡੀ ਸਪਿਡ ਆਈ ਡੀ ਇੱਕ ਚਾਹੀਦੀ ਹੋਣੀ ਜਿਹੜੀ ਤੁਸੀਂ ਬਣਾਉਣੀ ਹੈ, ਜਿਹੜੀ ਤੁਹਾਨੂੰ ਔਨਲਾਈਨ ਬਣਾਉਣ ਨੂੰ ਮਿਲ ਜਾਏਗੀ ਮਿਨਿਸਟਰ ਦੇ ਲੰਘੋ ਉਹਨਾਂ ਦੇ ਨੁੱਲਾ ਉਸਤਾ ਜਿਹੜਾ ਉਹ ਉੱਤੇ ਵੈਬਸਾਈਟ ਦੱਸੀ ਹੈ ਮੈਂ, ਨੁੱਲਾ ਉਸਤਾ ਲਵੋਰੋ ਦੈਲਚੀ ਪੁੰਤੋ ਡੈਲਚੀ ਡੋਟ ਇੰਤੇਰਨੋ ਡੋਟ ਏਟ 'ਤੇ, ਜਾਂ ਫਿਰ ਮਿਨਿਸਟਰ ਦਾ ਲਾਈਨ ਇੰਤੇਰਨੋ ਮਾਰੋਗੇ ਤਾਂ ਇਹ ਚੀਜ਼ ਆ ਜਾਏਗੀ, ਇਹਦੇ ਵਿੱਚ ਐਸ ਪੀ ਡਾਈ ਟੀ ਇੱਥੋਂ ਇੰਟਰ ਹੋਵੇਗੀ। ਲੌਗਇਨ ਕੀਤਾ ਤੁਸੀਂ, ਲੌਗਇਨ ਕਰਕੇ ਅਤੇ ਤੁਸੀਂ ਆਪੋ ਆ ਕੇ ਦੇਖ ਸਕਦੇ ਹੋ, ਲੌਗਇਨ ਕਰਕੇ ਤੁਸੀਂ ਇਹ ਪੇਜ ਖੋਲ੍ਹਣਾ ਹੈ। ਠੀਕ ਹੈ, ਉਹਨਾਂ ਵੱਲ ਤਾਂ ਇੰਤਰਾ ਦੀ ਸਪੀਡ, ਜਿਸ ਟਾਈਮ ਤੁਸੀਂ ਇੱਕ ਵਾਰੀ ਲੌਗਇਨ ਹੋ ਗਏ ਸਪੀਡ ਦੇ ਨਾਲ, ਫਿਰ ਪੋਤਰੇਮੋ ਅਚੇ ਦਰੇ ਸਪੋਰਤੇ ਲੋ ਇਮੀਗ੍ਰੇਸ਼ਨ ਹੈ, ਫਿਰ ਤੁਸੀਂ ਫਿਰ ਤੋਂ ਲਈ ਇਮੀਗ੍ਰੇਸ਼ਨ ਹੈ ਅਤੇ ਇੰਟਰ ਹੋ ਸਕਦਾ, ਸਲੈਕਸ਼ਨ ਆਦਿ ਸਿੰਗੋਲੀ ਮੋਦੀ ਲਈ ਸਿਲੈਕਟ ਕਰ ਸਕਦੇ ਹੋ, ਹਰ ਸਿੰਗਲ ਮਾਡਲ ਜਿਹੜਾ ਨਿੱਚ ਸਾਰੀ ਜਿਹੜਾ ਤੁਹਾਨੂੰ ਲੋੜ ਹੈ, ਇਹਦੇ ਵਿੱਚ ਇਹ ਤੁਸੀਂ ਦੇਖ ਸਕਦੇ ਹੋ ਮੋਦੇਲ ਸੀ ਕਹਿੰਦੇ ਦਿਗਰਤ ਫਲੂਸੀ 2017-2019, ਇਹ ਤੁਹਾਨੂੰ ਜਿਸ ਟਾਈਮ ਨਜ਼ਰ ਆਏਗਾ ਦਿਗਰਤ ਫਲੂਸੀ 2019, ਉਹਨੂੰ ਕਲਿੱਕ ਕਰਕੇ ਸਾਰੇ ਮੋਦੇਲ ਜਿਹੜੇ ਅਸੀਂ ਉੱਤੇ ਪੜ੍ਹੇ ਨੇ, ਕਿਹੜਾ ਕਿਹਦੇ ਲਈ ਯੂਜ਼ ਹੁੰਦਾ, ਕਿੱਥੇ ਯੂਜ਼ ਹੁੰਦਾ, ਉਹ ਤੁਹਾਨੂੰ ਮੈਂ ਦੱਸ ਦਿੱਤਾ। ਠੀਕ ਹੈ, ਅਤੇ ਉਹ ਤੁਸੀਂ ਇੱਥੋਂ ਆ ਕੇ ਕੋਈ ਵੀ ਜਿਵੇਂ ਉਹਨਾਂ ਨੇ ਉੱਤੇ ਕਲਿੱਕ ਕੀਤਾ ਸਿਲੈਕਟ ਹੋ ਜਾਣਾ, ਇੱਥੇ ਕਲਿੱਕ ਕੀਤਾ ਸਿਲੈਕਟ ਹੋ ਜਾਣਾ, ਇੱਥੇ ਕਲਿੱਕ ਕੀਤਾ ਸਿਲੈਕਟ ਹੋ ਜਾਣਾ, ਮਿਨਿਸਟਰ ਦਾ ਲੈਣ 'ਤੇ ਉਹਨਾਂ ਜਿਹੜੀ ਵੈਬਸਾਈਟ ਹੈ ਉਹਦੇ 'ਤੇ ਜਾ ਕੇ ਸਿਲੈਕਟ ਕਰਨਾ। ਅਤੇ ਇਹਦੇ ਇਲਾਵਾ ਕੋਹ ਤਾਂ ਤੁਹਾਨੂੰ ਪਤਾ ਹੀ ਹੈ, ਜਿਹੜੇ 16 ਤਰੀਕ ਆਉਣੇ ਨੇ ਉਹ ਆਉਣੇ ਨੇ 12,850। ਠੀਕ ਹੈ, ਇਹ ਅਪਲਾਈ ਹੋਣੇ 16 ਤਰੀਕ ਸੁਬਹਾ 9 ਵਜੇ, ਬਿਲਕੁਲ ਲੇਟ ਨਹੀਂ ਹੋਣਾ, ਜਿਹੜੇ ਮਾਲਕ ਹੈ ਨੇ ਜਿਹੜੇ ਬੰਦੇ ਅਪਲਾਈ ਜਿਹਨੂੰ ਚਾਹੀਦੇ ਨੇ। ਅਤੇ ਉਸ ਤੋਂ ਬਾਅਦ 24 ਤਰੀਕ ਹੈ ਨੇ 18,000 ਜਿਹੜੇ ਸੀਜ਼ਨਲ ਵਰਕ ਪਰਮਿਟ ਅਪਲਾਈ ਹੋਣੇ ਨੇ, ਔਰ ਉਹਨਾਂ ਦੀਆਂ ਕੰਟਰੀਆਂ ਜਿਹੜੀਆਂ ਤੁਸੀਂ ਆਰਾਮ ਨਾਲ ਵੀਡੀਓ ਰੋਕ ਕੇ ਮੇਰੇ ਖਿਆਲ ਕੰਟਰੀਆਂ ਦੇ ਨਾਮ ਤੋਂ ਪੜ੍ਹ ਸਕਦੇ ਹੋ ਆਰਾਮ ਨਾਲ। ਠੀਕ ਹੈ, ਅਤੇ ਆਰਾਮ ਨਾਲ ਤੁਸੀਂ ਪੜ੍ਹ ਸਕਦੇ ਹੋ, ਦੇਖ ਸਕਦੇ ਹੋ, ਅਤੇ ਜੇ ਕੋਈ ਚੀਜ਼ ਨਾ ਸਮਝ ਲੱਗਿਆ ਕਮੈਂਟ ਕਰੋ, ਮੈਂ ਰਿਪਲਾਈ ਕਰਾਂਗਾ, ਅਤੇ ਮਿਲਦੇ ਹਾਂ ਅਗਲੀ ਵੀਡੀਓ 'ਚ, ਰੱਬ ਰੱਖਾਂ।